ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾ ਪੇਜ 'ਤੇ ચૂંટણીਆਂ ਖਬਰਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਪਾਰਟੀ ਜਨਤਾ ਪਾਰਟੀ 'ਚ ਸ਼ਾਮਿਲ ਕੇਂਦਰ ਵੱਲੋਂ ਪੰਜਾਬ 'ਚ ਨੀਂਵ ਫੌਜੀ ਬਲਾਂ ਦੀਆਂ 10 ਕੰਪਨੀਆਂ ਤਾਇਨਾਤ ਕਰਨ ਦਾ ਫੈਸਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੌਮੀ ਸੁਰੱਖਿਆ ਅਤੇ ਖੁਰਾਕ ਸੁਰੱਖਿਆ ਦੇ ਮੁੱਦੇ ਤੇ ਸਹਿਯੋਗ ਦੇਣ ਦਾ ਪ੍ਰੋਸਤ ਵਾਇਆ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਪਟਿਆਲਾ ਦੀ ਇੱਕ ਅਦਾਲਤ ਵਿੱਚ ਆਤਮ ਸਮਰਪਣ ਕਰਨ ਦੀ ਸੰਭਾਵਨਾ ਸੁਪਰੀਮ ਕੋਰਟ ਨੇ ਰੋਡ ਬ੍ਰੇਜ ਮਾਮਲੇ 'ਚ ਉਹਨਾਂ ਨੂੰ ਬੀਤੇ ਦਿਨ 1 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਕੇਂਦਰੀ ਮੰਤਰੀ ਨਿਤਿਨ ਗੜਗਰੀ ਨੇ ਕਿਹਾ ਕਿ 24000 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਬਠਿੰਡਾ ਜਾਮਨਗਰ ਗ੍ਰੀਨਫੀਲਡ ਕੋਰੀਡੋਰ ਪੂਰੀ ਸਮਰੱਥਾ ਨਾਲ ਬਣਾਇਆ ਜਾ ਰਿਹਾ ਹੈ। ਪੰਜਾਬ ਸਮੇਤ ਉਤਰੀ ਭਾਰਤ ਦੇ ਕਈ ਹਿੱਸਿਆਂ 'ਚ ਗਰਮੀ ਦਾ ਪ੍ਰਕੋਪ جاری ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ 7 ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਤੇਜ਼ ਹਵਾਵਾਂ ਚੱਲਣ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਏ ਨੇ ਨਵੀਂ ਦਿੱਲੀ ਚ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਇਸ ਦੇ ਨਾਲ ਹੀ ਸੁਨੀਲ ਜਾਖੜ ਦਾ ਕਾਂਗਰਸ ਨਾਲੋਂ 50 ਸਾਲਾਂ ਦਾ ਰਿਸ਼ਤਾ ਟੁੱਟ ਗਿਆ ਸੁਨੀਲ ਜਾਖੜ ਲੋਕ ਸਭਾ ਦੇ ਸਾਬਕਾ ਸਪੀਕਰ ਬਲਰਾਮ ਜਾਖੜ ਦੇ ਸੁਪੁੱਤਰ ਨੇ ਤੇ ਉਹ ਅਬੋਹਰ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਨ ਕਰ ਰਹਿਣ ਤੋਂ ਇਲਾਵਾ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਵੀ ਚੁਣੇ ਸਨ ਇਸ ਵਾਰ ਅਬੂਰ ਤੋਂ ਸੁਨੀਲ ਜਾਖੜ ਦੇ ਪਤੀਜੇ ਸੰਦੀਪ ਜਾਖੜ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਤੇ ਉਹ ਜੇਤੂ ਰਹੇ ਕਾਫੀ ਸਮੇਂ ਤੋਂ ਸੁਨੀਲ ਜਾਖੜ ਕਾਂਗਰਸ ਪਾਰਟੀ ਤੋਂ ਨਰਾਜ਼ ਚੱਲ ਰਹੇ ਸਨ ਤੇ ਉਹਨਾਂ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਸੁਨੀਲ ਜਾਖੜ ਨੂੰ ਪਾਰਟੀ ਦੀ ਮੈਂਬਰਸ਼ਿਪ ਦੇਵਾਂਗੇ ਜੇਪੀ ਨੱਡਾ ਨੇ ਕਿਹਾ ਕਿ ਕਾਂਗਰਸ ਵਿੱਚ ਰਹਿੰਦਿਆਂ ਵੀ ਸੁਨੀਲ ਜਾਖੜ ਵੱਖਰੇ ਅਕਸ ਦੇ ਨੇਤਾ ਰਹੇ ਨੇ ਅਤੇ ਉਹਨਾਂ ਹਮੇਸ਼ਾ ਕਿਸਾਨਾਂ ਲਈ ਕੰਮ ਕੀਤਾ ਜੇਪੀ ਨੱਡਾ ਨੇ ਭਰੋਸਾ ਜਤਾਇਆ ਕਿ ਉਹਨਾਂ ਨਾਲ ਮਿਲ ਕੇ ਭਾਜਪਾ ਪੰਜਾਬ ਨੂੰ ਇੱਕ ਨਵੇਂ ਮੁਕਾਮ ਲੇਕਿ ਜਾਬੀਗੀ ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਉਹਨਾਂ ਵਾਸਤੇ ਇਹ ਫੈਸਲਾ ਕੋਈ ਸੌਖਾ ਨਹੀਂ ਸੀ ਉਹਨਾਂ ਕਿਹਾ ਕਿ ਉਹਨਾਂ ਖਾਸ ਕਰਕੇ ਭਾਜਪਾ ਦੀ ਰਾਸ਼ਟਵਾਦੀ ਸੋਚ ਅਤੇ ਪੰਜਾਬੀਅਤ ਨੂੰ ਮਾਨ ਦੇਣ ਕਰਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਬੜੇ ਬਰੇ ਮਨ ਸੇ ਇਹ ਕਹਿ ਰਹਾ ਹੂੰ ਕਿ ਆਜ ਜਬ ਆਪਣੇ ਪਰਿਵਾਰ ਸੇ ਨਾਤਾ ਤੋੜ ਕੇ ਦੂਸਰੀ ਜਗ੍ਹਾ ਜਮਾਇਆ ਹੂੰ ਯਹਾਂ ਪੇ ਤਾਂ ਉਸਕਾ ਕਾਰਨ ਇਹ ਥਾ ਕਿ ਸੁਨੀਲ ਕੀ ਆਵਾਜ਼ ਸੁਨੀਲ ਕੋ ਇਸ ਬਾਤ ਕੇ ਲਿਏ ਕਟ ਕਰੇ ਮੇ ਖੜਾ ਕੀਆ ਗਿਆ कि उसने इस बात का विरोध किया कि आप पंजाब को जाति पाति धर्म के नाम पे नहीं तोड़ सकते पंजाब को आप परसेंटेज में नहीं दे सकते कि यह अमुक जो धर्म है अमुक जाति है अमुक समुदाय है उसकी परसेंटेज कितनी है तीस परसेंट है चालीस परसेंट है पंद्रह परसेंट है मैं समझता हूं पंजाब एक सूबा है जिसने Desh ke liye template has established a template for the country. Every single citizen has the same right as anybody else. Sab ko ka. There is no second class citizen in Punjab. ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰुण ਚੁਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇੱਕ ਪ੍ਰੈਸ ਰਿਲੀਜ਼ ਜਾਰੀ ਕਰਨਾ ਕਿ ਭਾਜਪਾ ਹਮੇਸ਼ਾ ਸਮਾਜ ਦੇ ਸਾਰੇ ਵਰਗਾਂ ਨੂੰ ਨੁਮਾਇੰਦਗੀ ਦੇਣ ਲਈ ਵਚਨਬੱਧ ਰਹੀ ਹੈ। ਉਨ੍ਹਾਂ ਕਿਹਾ ਕਿ ਜਾਖੜ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਤੇ ਉਨ੍ਹਾਂ ਪ੍ਰਧਾਨ ਮੰਤਰੀ ਦੀਆਂ ਕਿਸਾਨ ਪੱਕੀ ਨੀਤੀਆਂ ਦਾ ਸਮਰਥਨ ਕੀਤਾ। ਤਰुण ਚੁਗ ਨੇ ਕਿਹਾ ਕਿ ਸੁਨੀਲ ਜਾਖੜ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਵਿੱਚ ਮਦਦ ਮਿਲੇਗੀ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਤੇ ਸੁਨੀਲ ਜਾਖੜ ਨੂੰ ਵਧਾਈ ਦਿੰਦਿਆਂ ਆਪਣੇ ਟਵੀਟ 'ਚ ਲਿਖਿਆ ਕਿ ਸਹੀ ਵਿਅਕਤੀ ਸਹੀ ਪਾਰਟੀ ਚਾਇਆ ਹੈ ਕੇਂਦਰ ਨੇ ਪੰਜਾਬ ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਨੀਮ ਫੌਜੀ ਬਲਾਂ ਦੀਆਂ 10 ਹੋਰ ਕੰਪਨੀਆਂ ਸੂਬੇ ਚ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਨਵੀਂ ਦਿੱਲੀ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨਲ ਮੁਲਾਕਾਤ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਕੱਲ ਦੁਪਹਿਰ ਬਾਅਦ ਕਿਸਾਨਾਂ ਦੀਆਂ ਮੰਗਾਂ ਅਤੇ ਸੂਬੇ ਦੇ ਪੱਖ ਦੇ ਮਸਲਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਗ੍ਰਹਿ ਮੰਤਰੀ ਨੇ ਭਗਵੰਤ ਮਾਨ ਨੂੰ ਪ੍ਰੋਸਤਾ ਦਵਾਇਆ ਕਿ ਉਹ ਰਾਸ਼ਟਰੀ ਸੁਰੱਖਿਆ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਦੇ ਮੁੱਦੇ ਤੇ ਉਹਨਾਂ ਨਾਲ ਕਦੇ ਵੀ ਮੁਲਾਕਾਤ ਕਰ ਸਕਦੇ। ਜਿੰਨਾ ਹੋਰ ਇਹ ਮੁੱਦਿਆਂ ਤੇ ਚਰਚਾ ਕੀਤੀ ਗਈ ਹੁਣਾਂ ਚ ਕਾਨੂੰਨ ਤੇ ਪ੍ਰਬੰਧ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਨੀਮ ਫੌਜੀ ਬਲਾਂ ਦੀ ਮੰਗ ਅਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਵੀ ਸ਼ਾਮਿਲ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਦੇ ਸੀਜ਼ਨ ਦੌਰਾਨ ਪੂਰਾ ਸਹਿਯੋਗ ਦਿੱਤਾ ਜਿਸ ਲਈ ਉਹਨਾਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਪਟਿਆਲਾ ਦੀ ਇੱਕ ਅਦਾਲਤ ਵਿੱਚ ਆਤਮ ਸਮਰਪਣ ਕੀਤੇ ਜਾਣ ਦੀ ਸੰਭਾਵਨਾ ਹੈ ਪਟਿਆਲਾ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਕਮੇਟੀ ਦੇ ਪ੍ਰਧਾਨ ਅਨੁਸਾਰ ਸਿੱਧੂ ਅੱਜ ਸਵੇਰੇ ਅਦਾਲਤ ਵਿੱਚ ਪਹੁੰਚਣਗੇ ਅਤੇ ਆਤਮ ਸਮਰਪਣ ਕਰਨਗੇ ਸੁਪਰੀਮ ਕੋਰਟ ਵੱਲੋਂ ਨਾਲ ਇੱਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿੱਧੂ ਕੱਲ ਰਾਤ ਹੀ ਅੰਮ੍ਰਿਤਸਰ ਤੋਂ ਪਟਿਆਲਾ ਸਥਿਤ ਆਪਣੀ ਰਿਹائش ਤੇ ਪਹੁੰਚ ਗਏ ਸਨ ਇਸੇ ਦੌਰਾਨ ਸਿੱਧੂ ਨੂੰ ਪੰਜਾਬ ਸਰਕਾਰ ਵੱਲੋਂ ਹੋਈਆ ਕਰਵਾਈ ਗਈ 45 ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਵੀ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੁਪਰੀਮ ਕੋਰਟ ਨੇ ਕੱ 30 ਸਾਲ ਪੁਰਾਣੀ ਰੋਡ ਰੇਜ ਕੇਸ ਵਿੱਚ ਉਹਨਾਂ ਨੂੰ 1 ਸਾਲ ਦੀ ਸਜ਼ਾ ਸੁਣਾਈ ਸੀ 1988 ਵਿੱਚ ਪਟਿਆਲਾ ਚ ਪਾਰਕਿੰਗ ਦੌਰਾਨ ਨਵਜੋਤ ਸਿੱਧੂ ਦਾ 65 ਸਾਲਾ ਗੁਰਨਾਮ ਸਿੰਘ ਨਾਮੀ ਬਜ਼ੁਰਗ ਨਾਲ ਝਗੜਾ ਹੋ ਗਿਆ ਸੀ ਅਤੇ ਹੱਥੋਂ ਪਾਈ ਮਗਰੋਂ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ ਪੁਲਿਸ ਨੇ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਦੋਸਤ ਰੁਪਿੰਦਰ ਸਿੰਘ ਵਿਰੁੱਧ ਗੈਰ ਇਰਾਦਤਨ ਹਤਿਆ ਦਾ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ 'ਚ ਸੈਸ਼ਨ ਕੋਰਟ ਨੇ ਸਿੱਧੂ ਨੂੰ ਸਬੂਤਾਂ ਦੀ ਕਾਰਨ ਬਰੀ ਕਰ ਦਿੱਤਾ ਸੀ ਜਿਸ ਮਗਰੋਂ ਪੀੜਤ ਤੇ ਰੈਸੈਸ਼ਨ ਕੋਰਟ ਦੇ ਫੈਸਲੇ ਖਿਲਾਫ ਹਾਈ ਕੋਰਟ ਪਹੁੰਚ ਗਈ ਅਤੇ 2006 ਵਿੱਚ ਹਾਈ ਕੋਰਟ ਨੇ ਇਸ ਮਾਮਲੇ ਸਿੱਧੂ ਨੂੰ 3 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਨਵਜੋਤ ਸਿੰਘ ਸਿੱਧੂ ਨੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਅਤੇ ਸੁਪਰੀਮ ਕੋਰਟ ਨੇ 16 ਮਈ 2018 ਨੂੰ ਸਿੱਧੂ ਨੂੰ ਗੈਰ ਇਰਾਦਤਨ ਹਤਿਆ ਦੇ ਦੋਸ਼ ਵਿੱਚ ਲੱਗੀ ਆਈਪੀਸੀ ਦੀ ਧਾਰਾ 304 ਤੋਂ ਬਰੀ ਕਰ ਦਿੱਤਾ ਸੀ ਪਰ ਆਈਪੀਸੀ ਦੀ ਧਾਰਾ 323 ਤਹਿਤ ਝੂਟ ਪਹੁੰਚਾਣ ਦੇ ਮਾਮਲੇ ਸਿੱਧੂ ਨੂੰ ਦੋਸ਼ੀ ਠਹਿਰਾਇਆ ਗਿਆ ਇਸ ਨੂੰ ਨੂੰ ਜੇਲ੍ਹ ਦੀ ਸਜ਼ਾ ਨਹੀਂ ਹੋਈ ਅਤੇ ਸਰਵੋਚ ਅਦਾਲਤ ਨੇ ਸਿਰਫ 1000 ਰੁਪਏ ਦਾ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੁਪਰੀਮ ਕੋਰਟ ਦੇ ਇਸ ਫੈਸਲੇ ਵਿ ਵਾਰਨੇਮੁਰ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ ਜਿਸ ਤਹਿਤ ਸਿੱਧੂ ਨੂੰ ਸਰਵਉੱਚ ਅਦਾਲਤ ਵੱਲੋਂ 1 ਸਾਲ ਦੀ ਸਜ਼ਾ ਸੁਣਾਈ ਗਈ ਸੜਕ ਟ੍ਰਾਂਸਪੋਰਟ ਦੇ ਹਾਈ ਵਿਜ਼ ਮੰਤਰੀ ਨਿਤਨ ਗੜਗਰੀ ਨੇ ਕਿਹਾ ਕਿ ਅੰਬਰੇਸਰ ਬਠਿੰਡਾ ਜਾਮਨਗਰ ਗ੍ਰੀਨਫੀਲਡ ਕੋਰੀਡੋਰ ਪੂਰੀ ਸਮਰੱਥਾ ਨਾਲ ਬਣਾਇਆ ਜਾ ਰਿਹਾ ਹੈ ਟਵੀਟਾਂ ਦੀ ਲੜੀ 'ਚ ਗੜਗਰੀ ਨੇ ਕਿਹਾ ਕਿ ਇਹ ਕੋਰੀਡੋਰ ਪਾਰਤੀ ਨੈਸ਼ਨਲ ਹਾਈਵੇ ਥੌਰੀਟੀ ਵੱਲੋਂ ਵਿਕਸਿਤ ਕੀਤੇ ਜਾ ਰਹੇ ਮਹੱਤਵਪੂਰਨ ਗ੍ਰੀਨਫੀਲਡ ਕੋਰੀਡੋਰਾ ਵਿੱਚੋਂ ਇੱਕ ਹੈ ਤੇ ਇਸ ਨੂੰ ਅਗਲੇ ਸਾਲ ਸਤੰਬਰ ਤੱਕ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਉਹਨਾਂ ਦੱਸਿਆ ਕਿ ਬੀਕਾਨੇਰ ਤੋਂ ਜੋਧਪੁਰ ਤੱਕ ਦੇ 270 ਕਿਲੋਮੀਟਰ ਸੜਕ ਦੇ ਹਿੱਸੇ ਨੂੰ ਇਸ ਸਾਲ ਤੱਕ ਪੂਰਾ ਕਰਨ ਅਤੇ ਲੋਕਾਂ ਲਈ ਖੋਲਣ ਦਾ ਟੀਚਾ ਰੱਖਿਆ ਗਿਆ ਹੈ ਗੜਗਰੀ ਨੇ ਕਿਹਾ ਅੰਮ੍ਰਿਤਸਰ ਬਠਿੰਡਾ ਜਾਮਨਗਰ ਕੋਰੀਡੋਰ કુલ 26000 ਕਰੋੜ ਰੁਪਏ ਦੀ ਪੂੰਜੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਅੰਮ੍ਰਿਤਸਰ ਬਠਿੰਡਾ ਸੰਗਰੀਆ ਬੀਕਾਨੇਰ ਸੰਚੌਰ ਸਮਖਿਆਲੀ ਅਤੇ ਜਾਮਨਗਰ ਦੇ ਆਰਥਿਕ ਸ਼ਹਿਰਾਂ ਨੂੰ ਜੋੜੇਗਾ ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਪਰਵệਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਦੇਸ਼ ਦੇ ਹੋਰ ਨਾਲ ਸੂਬਿਆਂ ਤੋਂ ਵੱਡੀ ਗਿਣਤੀ ਚ ਕਾਮੇ ਆਉਂਦੇ ਨੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਨਾਲ ਖਾਸ ਕਰਕੇ ਅਜੇ ਲੋਕਾਂ ਨੂੰ ਕਿਸੇ ਵੀ ਥਾਂ ਤੋਂ ਆਪਣੇ ਹਿੱਸੇ ਦਾ ਰਾਸ਼ਨ ਲੈਣ ਦੀ ਸੁਵਿਧਾ ਮਿਲੀ ਹੈ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ 9 ਅਗਸਤ 2020 ਨੂੰ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਭਾਰਤ ਦਾ ਕੋਈ ਵੀ ਨਾਗਰਿਕ ਆਪਣੇ ਰਾਸ਼ਨ ਕਾਰਡ ਤੋਂ ਕਿਸੇ ਵੀ ਸੂਬੇ ਜਾਂ ਕਿਸੇ ਵੀ ਜ਼ਿਲ੍ਹੇ 'ਚ ਜਿੱਥੇ ਉਹ ਮੌਜੂਦਾ ਸਮੇਂ ਰਹਿ ਰਿਹਾ ਹੈ ਉੱਥੋਂ ਰਾਸ਼ਨ ਹਾਸਲ ਕਰ ਸਕਦਾ ਹੈ ਰੋਪੜ ਜ਼ਿਲ੍ਹੇ ਦੇ ਰਾਸ਼ਨ ਕਾਰਡ ਧਾਰਕ ਨੇ ਸਕੀਮ ਨੂੰ ਬੇहद ਲਾਹੇਵੰਦ ਦੱਸਿਆ ਇਥੋਂ ਦੇ ਵਾਸੀ ਜਸਪੀਰ ਸਿੰਘ ਜਤਿੰਦਰ ਸਿੰਘ ਸੁਖਵਿੰਦਰ ਸਿੰਘ ਕੁਲਵੰਤ ਸਿੰਘ ਪਗਤਰਾਮ ਅਤੇ ਅਮਰਦੀਪ ਸਿੰਘ ਨੇ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਲਿਆਉਣ ਤੇ ਕੇਂਦਰ ਸਰਕਾਰ ਦੀ ਪ੍ਰਸ਼ੰਸਾ ਕੀਤੀ ਸਾਨੂੰ ਪਤਾ ਲੱਗਿਆ ਜੀ ਵੀ ਜਿਹੜਾ ਕੋਈ ਸਾਡਾ ਰਾਸ਼ਨ ਕਾਰਡ ਬਣਿਆ ਹੋਇਆ ਉਹ ਕਿਸੇ ਵੀ ਸਾਨੂੰ ਰਾਸ਼ਨ ਅਸੀਂ ਦੇ ਸਕਦੇ ਜਹਾ ਜਲੰਧਰ ਹੋਵੇ ਜਾਂ ਲੁਧਿਆਣਾ ਹੋਈਏ ਕਿਸੇ ਵੀ ਹੋਈਏ ਬਿਹਾਰ ਯੂਪੀ ਹੋਈਏ ਇਹ ਸਰਕਾਰੀ ਬਹੁਤ ਵਧੀਆ ਸਕੀਮ ਹੈ ਅਸੀਂ ਉਹ ਧੰਨਵਾਦ ਕਰਦੇ ਹਾਂ ਇਹ ਬਹੁਤ ਵਧੀਆ ਗੱਲ ਹੋਈ ਹੈ ਜੀ ਸਰਕਾਰ ਨੇ ਜੇ ਇੱਧ ਤੇ ਟ੍ਰਾਂਸਫਰ ਕੀਤੀ ਜੇ ਅਸੀਂ ਕਿਤੇ ਵੀ ਜਾ ਕੇ ਰਾਸ਼ਨ ਲੈਂਦੇ ਇਹ ਸਭ ਤੋਂ ਚੰਗੀ ਗੱਲ ਹੈ ਤੇ ਸਾਨੂੰ ਇਹ ਬਹੁਤ ਵਧੀਆ ਲੱਗਿਆ ਸਰਕਾਰ ਦਾ ਇਸ ਗੱਲ ਤੋਂ ਧੰਨਵਾਦ ਕਰਦੇ ਹਾਂ ਅਸੀਂ ਬਹੁਤ ਵਧੀਆ ਸਕੀਮ ਹੈ ਜੀ ਇਹਦਾ ਉਹਨਾਂ ਇੱਕ ਫਾਇਦਾ ਹੈ ਨਾ ਜੇ ਆਪਾਂ ਨੂੰ ਇੱਕ ਰਾਸ਼ਨ ਕਾਰਡ ਆਪਾਂ ਜਿੱਥੇ ਰਾਸ਼ਨ ਲੈ ਸਕਦੇ ਇਹ ਸਕੀਮ ਹੈ ਇਹਨਾਂ ਆਪਾਂ ਹਰੇਕ ਬੰਦੇ ਨੂੰ ਹੀ ਫਾਇਦਾ ਹੋਊਗਾ ਜੀ ਕਿਉਂਕਿ ਜੋ बार-बार ਰਾਸ਼ਨ ਕਾਰਡ ਬਣਾਉਣ ਨੂੰ ਵੀ ਇਹ ਕੰਮ ਬੰਦੇ ਨੂੰ ਬਹੁਤ ਔਖਾ ਆਂਦੀ ਜੀ ਕਾ ਵੀ ਖੱਜਲ ਖਵਾਰ ਹੋਣਾ ਪੈਂਦਾ ਇਹ ਜੇ ਸਾਡੇ ਇੱਕ ਰਾਸ਼ਨ ਕਾਰਡ ਆ ਉਪਰ ਆਪਾਂ ਰਾਸ਼ਨ ਲੈ ਸਕਦੇ ਤੇ ਕੇਂਦਰ ਸਰਕਾਰ ਦੀ ਬਹੁਤ ਹੀ ਸਕੀ ਦੋ-ਦੋ ਮਹੀਨੇ ਲੱਗ ਜਾਂਦੇ ਸੀ ਰਾਸ਼ਨ ਕਾਰਡ ਦੁਆਰਾ ਬਣਾਉਣ ਨੂੰ ਤੇ ਹੁਣ ਉਹੀ ਰਾਸ਼ਨ ਕਾਰਡ ਤੇ ਆਪਾਂ ਨੂੰ ਰਾਸ਼ਨ ਮਿਲੂਗਾ ਬਹੁਤ ਵਧੀਆ ਜੀ ਆਪਾਂ ਸ਼ਲਾਘਾ ਕਰਦੇ ਆਂ ਸੈਂਟਰ ਸਰਕਾਰ ਦੀ ਸਕੀਮਾਂ ਲੈ ਕੇ ਆਈ ਕੇਂਦਰ ਸਰਕਾਰ ਤਾਂ ਅਸੀਂ ਕੇਂਦਰ ਸਰਕਾਰ ਦੇ ਫੇਵਰ ਵਿੱਚ ਆਂ ਦੇ ਜਿਵੇਂ ਤੁਸੀਂ ਕਹਿ ਲਓ ਵੀ ਹਰ ਇੱਕ ਜਗ੍ਹਾ ਇੱਕੋ ਰਾਸ਼ਨ ਕਾਰਡ ਤੇ ਸਾਨੂੰ ਰਾਸ਼ਨ ਮਿਲ ਜੇਗਾ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਸੇ ਵੀ ਜਨਤਾ ਨੂੰ ਕਿਸੇ ਪ੍ਰਕਾਰ ਦੀ ਅਸੀਂ ਪਿਛਕ ਦੀ ਆਪੋਸਟ ਕਰਦੇ ਸੀ ਕਿਸੇ ਕਿਸੇ ਟਾਈਮ ਕੇਂਦਰ ਨੂੰ ਪਰ ਅਸੀਂ ਕਹਿੰਦੇ ਆ ਵਧੀਆ ਇਦਾਂ ਸਕੀਮਾਂ ਲੈ ਕੇ ਆਉਣ ਜਿਸ ਦੇ ਨਾਲ ਲੋਕਾਂ ਦਾ ਭਲਾ ਹੋ ਸਕੇ ਜੇ ਸਰਕਾਰ ਨੇ ਇਹ ਚੀਜ਼ ਚਲਾਈ ਬਹੁਤ ਵਧੀਆ ਅਸੀਂ ਇਹ ਚੀਜ਼ ਦੀ ਬਹੁਤ ਵਧੀਆ ਸਲਾਘਾ ਕਰ ਰਹੇ ਹਾਂ ਵੀ ਸਰਕਾਰ ਨੇ ਇਹ ਬਹੁਤ ਵਧੀਆ ਕੰਮ ਕਰਿਆ ਰਾਸ਼ਨ ਕਾਰਡ ਕਿਤੇ ਵੀ ਚਲ ਜਾਓ ਸਾਨੂੰ ਰਾਸ਼ਨ ਮਿਲਣਾ ਚਾਹੀਦਾ ਹੈ ਪੰਜਾਬ ਮੂਲ ਦੇ ਅਮਰੀਕੀ ਨਾਗਰਿਕ ਅਤੇ ਸਫਲ ਕਾਸ਼ਤਕਾਰ ਰਾਜ ਕਲੋਂ ਨੇ ਫਗਵਾੜਾ ਸਥਿਤ ਜੀਐਨਯੂਨੀਵਰਸਿਟੀ ਦਾ ਦੌਰਾ ਕੀਤਾ ਰਾਜ ਕਲੋਂ ਨੂੰ ਪਿਸਤਾਚਿਓ ਮੈਨ ਆਫ ਕੈਲੀਫੋਰਨੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੀਐਨ ਦੀ ਫੇਰੀ ਦੌਰਾਨ ਉਹਨਾਂ ਵਿਦਿਆਰਥੀਆਂ ਅਤੇ ਸਟਾਫ ਨਾਲ ਮਿਲਣੀ ਦੌਰਾਨ ਕਿਹਾ ਕਿ ਆਪਣੇ ਭਾਈਚਾਰੇ ਦੀ ਮਦਦ ਕਰਨਾ ਉਹਨਾਂ ਦੀ ਸਭ ਤੋਂ ਵੱਡੀ ਉਪਲਬਧੀ ਹੈ ਰਾਜ ਕਲੋਂ ਨੇ ਸਖਤ ਮਿਹਨਤ ਨੂੰ ਸਫਲਤਾ ਦੀ ਕੁੰਜੀ ਦੱਸਿਆ ਉਹਨਾਂ ਪਿਸਤੇ ਦੇ ਸਫਲ ਕਾਸ਼ਤਕਾਰ ਦੀ ਪ੍ਰੇਰਣਾ ਦਾ ਇੱਕ ਕਹਾਣੀ ਵੀ ਸੁਣਾਈ ਜੀਐਨ ਯੂਨੀਵਰਸਿਟੀ ਦੇ ਪ੍ਰੋਫੈਸਰ ਚਾਂਸਲਰ ਐਸ ਗੁਰਦੀਪ ਸਿੰਘ ਸਿਹਰਾ ਅਤੇ 22 ਚਾਂਸਲਰ ਡਾਕਟਰ ਵੀ ਕੇ ਰਤਨ ਸਮੀਤ ਯੂਨੀਵਰਸਿਟੀ ਦੇ ਹੋਰ ਅਹੁਦੇਦਾਰਾਂ ਨੇ ਰਾਜ ਕਾਲੁੰਤਾ ਯੂਨੀਵਰਸਿਟੀ ਦੀ ਫੇਰੀ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰ ਪੀੜੀ ਚ ਨਿਰੰਤਰ ਚਰਤਰ ਨਿਰਮਾਣ ਕਰਨਾ ਹੀ ਹਰ ਸਮਾਜ ਦੀ ਬੁਨਿਆਦ ਹੈ। ਵਡੋਦਰਾ ਚ ਇੱਕ ਯੂਥ ਕੈਂਪ ਨੂੰ ਵੀਡੀਓ ਕਾਨਫਰencing ਰਾਹੀਂ ਸੰਬੋਧਨ ਕਰਦੇ ਹਾਂ ਉਹਨਾਂ ਕਿਹਾ ਕਿ ਅਜਿਹੇ ਕੈਂਪ ਨੌਜਵਾਨਾਂ ਚ ਚੰਗੇ ਸੰਸਕਾਰ ਪੈਦਾ ਕਰਦੇ ਨੇ ਤੇ ਇਹ ਕੈਂਪ ਸਮਾਜ ਤੇ ਰਾਸ਼ਟਰ ਦੇ ਪੁਨਰ ਜਾਗਰਣ ਲਈ ਇੱਕ ਪਵਿੱਤਰ ਮੋਹਮ ਦੀ ਭੂਮਿਕਾ ਵੀ ਨਿਭਾਉਂਦੇ ਨੇ। ਪ੍ਰਧਾਨ ਮੰਤਰੀ ਨੇ ਭਾਰਤ ਦੇ ਨਿਰਮਾਣ ਲਈ ਸਾਂਝੇ ਤੌਰ ਤੇ ਸੰਕਲਪਕਰਨ ਅਤੇ ਮਿਲ ਕੇ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਐਸਾ ਨਵਾਂ ਭਾਰਤ ਸਿਰਜਿਆ ਜਾਵੇ ਜੇ ਸਦੀ ज्ञान नमी होवे जो दूरदर्शी होवे ते परंपरा पुरानी होवे उन्होंने कहा कि जिथे चुनौतियां ने उथे उम्मीददा नाल भारत मौजूद है अते हर समस्या दा हल है थातयो इस साल संस्कार अभ्युदय शिविर का यह आयोजन एक ऐसे समय में हो रहा है जब देश अपनी आजादी का अमृत महोत्सव मना रहा है आज हम नए भारत के निर्माण के लिए सामूहिक संकल्प ले रहे हैं सामूहिक प्रयास कर रहे हैं एक ऐसा नया भारत जिसकी पहचान नई हो आधुनिक हो फॉरवर्ड लुकिंग हो और परंपराएं प्राचीन मजबूत नींव से जुड़ी हुई हो ਕੇਂਦਰੀ ਗ੍ਰਹਿ ਮੰਤਰੀ ਅਮਿਤ ਛਾਨੇ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਵਿਚਾਰਧਾਰਾ ਦੇ ਸੰਘਰਸ਼ ਦਾ ਮੈਦਾਨ ਨਹੀਂ ਬੰਨਣਾ ਚਾਹੀਦਾ ਬਲਕਿ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਮੰਚ ਬੰਨਣਾ ਚਾਹੀਦਾ ਹੈ ਦਿੱਲੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਸਵਰਾਜ ਤੋਂ ਨਵੇਂ ਭਾਰਤ ਤੱਕ ਦੇ ਭਾਰਤ ਬਾਰੇ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਣਾ ਕਿ ਕੋਈ ਵੀ ਵਿਚਾਰਧਾਰਾ ਬਹਿਸ ਅਤੇ ਚਰਚਾ ਨਾਲ ਹੀ ਅੱਗੇ ਵਧ ਸਕਦੀ ਹੈ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਸ਼ਲਾਘਾ ਕਰਦੇ ਹੋਣੇ ਕਿ ਪਹਿਲੀ ਅਜਿਹੀ ਨੀਤੀ ਹੈ ਜਿਸ ਦਾ ਕਿਸੇ ਵੱਲੋਂ ਵਿਰੋਧ ਨਹੀਂ ਕੀਤਾ ਗਿਆ ਬਲਕਿ ਸਾਰਿਆਂ ਨੇ ਇਸ ਦਾ ਸਵਾਗਤ ਕੀਤਾ ਹੈ ਉਹਨਾਂ ਕਿਹਾ 21 ਸਾਲ 2014 ਤੋਂ ਲੈ ਕੇ ਹੁਣ ਤੱਕ ਦੇਸ਼ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਨੇ ਅਤੇ 80 ਕਰੋੜ ਲੋਕ ਆਪਣੇ ਆਪ ਨੂੰ ਦੇਸ਼ ਦਾ ਹਿੱਸਾ ਮੰਨਣ ਲੱਗ ਪਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਬਣ ਗਿਆ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਭਾਰਤ ਕੋਲ ਦੁਨੀਆ ਦਾ ਕੰਟੈਂਟ ਉਪਮਹਾਦੀ ਬਨਣ ਦੀ ਸਮਰੱਥ ਹੈ ਅਤੇ ਫਿਲਮ ਨਿਰਮਾਣ ਲਈ ਭਾਰਤ ਇੱਕ ਪਸੰਦੀਦਾ ਥਾਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦਾ ਉਦੇਸ਼ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਤੰਤਰ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਨਾਲ ਸਾਲਾਨਾ 53 ਅਰਬ ਡਾਲਰ ਦੀ ਆਮਦਨ ਹੋਣ ਦੀ ਉਮੀਦ ਹੈ। ਇੰਡੀਆ ਦੀ ਕੰਟੈਂਟ ਹੱਬ ਆਫ ਦ ਵਰਲਡ ਤੇ ਪੈਨਲ ਚਰਚਾ ਚ ਮੁੱਖ ਬਾਜਨ ਦੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤੀ ਸਿਨੇਮਾ ਨਾ ਸਿਰਫ ਦੇਸ਼ ਵਾਸੀਆਂ ਸਗੋਂ ਸਮੁੱਚੀ ਦੁਨੀਆ ਦੇ ਦਰਸ਼ਕਾਂ ਦਾ ਵੀ ਮਨੋਰੰਜਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਨੇਮਾ ਨੇ ਭਾਰਤੀ ਕਹਾਣੀ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕਰਨ ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਿਨੇਮਾ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਵੀ ਵਧੀਆ ਢੰਗ ਨਾਲ ਦਰਸਾਇਆ। ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਤੇ ਮਨੋਰੰਜਨ ਦਾ ਅਰਥ ਚਾਰੇ ਚ ਅਹਿਮ ਯੋਗਦਾਨ ਰਿਹਾ ਹੈ ਤੇ ਵਿਸ਼ਵ ਪੱਧਰ ਤੇ ਦੇਸ਼ ਦੀ ਸੌਫਟ ਪਾਵਰ ਨੂੰ ਵੀ ਪ੍ਰਦਰਸ਼ਿਤ That. a lot of content which not only the songs, dance or others, but it is something to do with the indian culture, indian real stories as well. so i'm sure with people like you who are willing to commit and contribute towards the india story, we are here just to facilitate. and i can just reassure you that the indian government will leave no stone unturned to facilitate the indian filmmaking. ਅੰਦੀ 22 ਮਈ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਪੀਪੀਐਸਸੀ ਵੱਲੋਂ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਦੀ ਭਰਤੀ ਲਈ ਕਰਵਾਈ ਜਾ ਰਹੀ ਪ੍ਰੀਖਿਆ ਸੰਬੰਧੀ ਉਮੀਦਵਾਰਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪਟਿਆਲਾ ਚ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਕਮਿਸ਼ਨ ਦੇ ਸਕੱਤਰ ਪ੍ਰੀਖਿਆਵਾਂ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਲਈ ਵੱਡੀ ਗਿਣਤੀ ਚ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਤੇ ਇਹ ਪ੍ਰੀਖਿਆ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਨੇ ਪ੍ਰਚਾਰਨ ਅਤੇ ਉਮੀਦਵਾਰਾਂ ਦੀ ਸਹੂਲਤ ਲਈ ਕਮਿਸ਼ਨ ਵੱਲੋਂ ਪੂਕ ਤਾ ਇੰਤਜ਼ਾਮ ਕੀਤੇ ਗਏ ਨੇ ਉਨਾ ਕਿਹਾ ਕਿ ਉਮੀਦਵਾਰਾਂ ਦੀ ਵੱਡੀ ਗਿਣਤੀ ਦੇ ਮੱਦੇਨਜ਼ਰ ਹਰ ਉਮੀਦਵਾਰ ਨੂੰ ਐਡਮਿਟ ਕਾਰਡ ਤੇ ਉਸ ਦੇ ਪ੍ਰੀਖਿਆ ਕੇਂਦਰ ਵਿੱਚ ਟਾਈਮ ਸਲੋਟ ਅਨੁਸਾਰ ਪਹੁੰਚ ਕਰਨ ਲਈ ਕਿਹਾ ਗਿਆ ਤੇ ਉਮੀਦਵਾਰਾਂ ਦੀ ਸੂਚਨਾ ਲਈ ਟਾਈਮ ਸਲੋਟ ਪੰਜਾਬ ਲੋਕ ਸੇਵਾ ਕਮਿਸ਼ਨ ਦੀ ਵੈੱਬਸਾਈਟ ਤੇ 17 ਮਈ ਨੂੰ ਅਪਲੋਡ ਕਰ ਦਿੱਤਾ ਗਿਆ ਸੀ ਸਖਤਰ ਪ੍ਰੀਖਿਆ ਮੰਨੇ ਦੱਸਿਆ ਕਿ ਪ੍ਰੀਖਿਆ ਦਾ ਸਮਾਂ ਦੁਪਹਿਰ 12:00 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਹੈ ਤੇ ਉਮੀਦਵਾਰ ਆਪਣੇ ਨਿਰਧਾਰਿਤ ਪ੍ਰੀਖਿਆ ਸੈਂਟਰ ਵਿਖੇ ਸਮੇਂ ਸਿਰ ਪਹੁੰਚ ਜਾਣ ਕਿਉਂਕਿ ਪ੍ਰੀਖਿਆ ਸ਼ੁਰੂ ਹੋਣ ਦੇ ਸਮੇਂ ਤੋਂ ਬਾਅਦ ਕਿਸੇ ਨੂੰ ਵੀ ਪ੍ਰੀਖਿਆ ਕੇਂਦਰ ਵਿੱਚ ਜਾਣ ਦੀ ਆਗਿਆ ਨਹੀਂ ਹੋ तो इस खबर का बुलेटिन खत्म मैं मास्क लगा के स्टूडियो तो बाहर जा रही हूँ बाहर जाने वे तो भी मास्क जरूर लगाओ तो हूँ इजाजत दौ नमस्कार